ਹਾਏ ਨਿਕਾ ਜੇ ਵੀਡੀਓ ਕਲਿੱਪ ਪੇ ਯਾਰੇ ਪੜੋ ਵੇਖੋ ਤੇ ਮੋਂ ਅਗਲੀ ਗੱਲ ਕਰਦੇ ਹਾਂ ਹਾਏ ਹਾਏ ਕਿੰਨੂ ਦਸ਼ੀਏ ਹਾਏ ਹਾਏ ਕਿੰਨੂ ਦਸ਼ੀਏ ਹਾਏ 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 ਕਿੰਨੂ ਦਸ਼ੀਏ ਹਾਏ ਹਾਏ ਆਟਾ ਮੇਗਾ ਹਾਏ ਹਾਏ ਆਟਾ ਨੰਗਾ ਹਾਏ ਹਾਏ ਅਸਲਾਮੁਅਲੈਕਮ ਬਾ ਚਾਚਾ ਦੇ ਹਾਂ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੋ ਸਤੰਤ ਵੀ ਤਾਂ ਠੀਕ ਹੈ ਮੈਨ ਬੜਿਆਂ ਬੰਦਿਆਂ ਤੇ ਮੈਸੇਜ ਆਇਆ ਪਟ્રોલ ਤੇ ਡੀਜ਼ਲ ਦੀਆਂ ਕੀਮਤਾਂ ਵਾਧੀਆਂ ਨੇ ਇਹਦੇ ਤੋਂ ਗੱਲ ਕਰ ਯਾਰ ਮੈਂ ਦੱਸੂ ਮੈਂ ਇਹ ਕੀ ਗੱਲ ਕਰਾਂ ਜਾਂ ਗੱਲ ਕੋ ਕਰਨੇ ਵਾਲੀ ਰਹਿ ਕਿੜੀ ਗਈ ਹੈ ਜਿਹੜੀ ਅੱਗੇ ਗੱਲ ਹੋਈ ਨਹੀਂ ਜਿਹੜੀ ਕਿਸੇ ਕੀਤੀ ਨਹੀਂ ਗੱਲ ਰਹਿ ਕਿੜੀ ਗਈ ਹੈ ਇਹਦੀ ਬਾਅਦ ਮੈਂ ਤੇਜੇ ਤਾਂ ਹੋਸ਼ ਨਹੀਂ ਹੁੰਦੀ ਪਈ ਬਸ ਜਿਹੜੇ ਜੱਟ ਨੇ ਜਿਨ੍ਹਾਂ ਦੀਆਂ ਭੋਏ ਜਿਹੜੇ ਕੋ ਚੌਂ ਚੌਂ ਪੰਜਾਂ ਪੰਜਾਂ ਕਿਲਿਆਂ ਵਿੱਚ ਕੋ ਮੁੰਜੀ ਦਾ ਕਿਲਾ ਲਾਲੀ ਨੇ ਆਣ ਕੋ ਸਬਜ਼ੀਆਂ ਲਾਲੀ ਨੇ ਆਣ ਕੋ ਕਣਕ ਗਾੜ ਕੇ ਖਾ ਲੀਂਦਿਆਂ ਉਹਨਾਂ ਗਰੀਬਾਂ ਦਾ ਕੀ ਬਣ ਸੀਦਾ ਮੈਂ ਸਮਝੇ ਨਹੀਂ ਹੁੰਦੀ ਪੀ ਜਿਹੜਾ ਇੱਕ ਮਜ਼ਦੂਰ ਹੈ ਜਿਹੜਾ 800 ਰੁਪਇਆ ਦਿਹਾੜੀ ਦਾ ਲੈਂਦਾ ਹੈ ਜਿਹੜਾ ਇੱਕ ਮਿਸਤਰੀ ਹੈ ਜੀ ਦੀ 1300 ਰੁਪਇਆ ਦਿਹਾੜ ਹੈ ਜਿਹੜਾ ਇੱਕ ਮਜ਼ਦੂਰ ਜਾ ਕੇ ਕਿਸੇ ਵਰਕਸ਼ਾਪ ਤੇ ਕੰਮ ਕਰਦਾ ਹੈ ਜਿਹੜਾ 1000 ਰੁਪਇਆ ਦਿਹਾੜੀ ਦਾ ਲੈਂਦਾ ਉਹ ਇਹ ਪੈਸੇ ਕਿਦੋਂ ਪੂਰੇ ਕਰੇਗਾ ਉਹਦੇ ਜਦ ਤੱਕ ਕਿਦੇ ਜਾਣਦੇ ਉਹਦਾ ਮਾਂ ਪਿਓ ਕਿਦੇ ਜਾਦੇ ਦਾ ਮੈਂ ਸਾਰਾ ਕੁਝ ਵੇਖਣੇ ਤੋਂ ਬਾਅਦ ਸੋਚਣੇ ਤੋਂ ਬਾਅਦ ਮੇਰੇ ਜ਼ਿਹਨ 'ਚ ਇੱਕ ਹੀ ਗੱਲ ਹੁੰਦੀ ਹੈ ਮੈਂ ਤਾਂ ਬੱਲਾ ਸੁਣਿਆ ਜਾਂ ਗਰੀਬਾਂ ਨਿੱਕੋ ਵਾਰੀ ਮਾਰ ਛੜ ਯਾ ਇਹਨਿੰਦਾ ਕੋ ਨਿਜ਼ਾਮ ਕਾਡ ਛੜ ਬਨਾ ਗਰੀਬੇ ਦਾ ਜਦ ਤੱਕ ਬਿਮਾਰ ਹੋਵੇ ਨਾ ਗਰੀਬੇ ਦੀ ਮਾਂ ਮਰੇ ਨਾ ਗਰੀਬੇ ਦਾ ਪਿਓ ਮਰੇ ਦੂਜੀ ਗੱਲ ਇਹ ਬ ਗੱਲ ਕਰਨੀ ਕਿਹਦੇ ਨਾਲ ਹੈ ਕਿਹਦੇ ਨਾਲ ਗੱਲ ਕਰੀਏ ਜਾਂ ਕਿਹਦੇ ਅੱਗੇ ਪੀਟੀਏ ਕਿਹਦੇ ਅੱਗੇ ਬੰਦਾ ਹੋਣਾ ਅੱਖੇ ਕਿਸ ਨੂੰ ਜਿਹੜੇ ادارے ਨੇ ਸਾਡੇ ਜਿਨ੍ਹਾਂ ਜਿਹੜੇ ਹਰ ਟਾਈਮ ਤੇ ਹਰ ਮਾੜੇ ਟਾਈਮ ਤੇ ਗਰੀਬ ਦੇ ਨਾਲ ਖਲੋਂਦੇ ਆਣ ਉਹਨੇ ਗਰੀਬ ਨੂੰ ਫੜ ਕੇ ਤਣ ਛੜਿਆ ਜਿਹੜੇ ادارے ਸਲਾਬ ਹੁੰਦਾ ਹੀ ਕੋਈ ਆਫਤ ਆ ਜਾਂਦੀ ਹੈ ਜਿਹੜੇ ادارے ਸਾਡੇ ਨਾਲ ਹੁੰਦੇ ਹਨ ਉਹ ادارے ਸਾਡੇ ਮੁਖਾਲਫ ਹੋਏ ਪੈਨੇ ਆਵਾਮ ਦੇ ਤੁਹਾਡੇ ਘਰ ਕੋਈ ਨਹੀਂ ਜਾ ਤੱਕ ਮਸੂਮ ਤੁਹਾਡੇ ਘਰ ਮਾਵਾ ਕੋਈ ਨਹੀਂ ਤੁਹਾਡੇ ਘਰ ਬਹਰਲ ਦੁਹਾਨ ਕੀ ਲੱਗੇ ਯਾਰ ਦੁਹਾਨ ਤੇ ਹਰ ਸ਼ੈ ਲੱਭਦੀ ਹੈ ਨਾ ਦੁਹਾਨ ਹਰ ਸ਼ੈ ਖੁੱਲੀ ਲੱਭਦੀ ਆਮੋ ਆਮ ਲੱਭਦੀ ਹੈ ਬੰਦਾ ਹਣ ਦਸੋ ਗੱਲ ਕਿਹਦੇ ਨਾਲ ਕਰੇ ਪੀਟੀਆਈ ਦੀ ਹਕੂਮਤ ਆਈ ਹੈ ਸਾਰੇ ਖਫਦੇ ਆਣ ਪਿੱਟਦੇ ਆਣ ਪੀਡੀਐਮ ਸਾਰੀ ਇਕੱਠੀ ਹੋ ਕੇ ਪੈਟਰੋਲ ਜਿਹੜਾ 3 ਰੁਪਏ ਵਧਾਈ 2 ਰੁਪਏ ਵਧਾਈ ਹੈ ਲਾਲਾ ਲਾਲਾ ਕਰ ਲਿੰਦੇ ਆਣ ਹੁਣ ਕੋਈ ਬੰਦਾ ਹੈ ਤੁਹਾਨੂੰ ਲੱਭਦਾ ਕੋ ਬੋਲਣੇ ਵਾਸਤੇ ਕੋਈ ਬੰਦਾ ਹੈ ਗੱਲ ਕਰਨੇ ਵਾਲਾ ਕੋ ਮੀਡੀਆ ਤੁਸਾਂ ਵੇਖਿਆ ਹੋਵੇ ਕੋਈ ਨਿਊਜ਼ ਚੈਨਲ ਇਹਦੇ ਬਾਰੇ ਗੱਲ ਕਰਦਾ ਪਿਆ ਹੋਵੇ ਕੋਈ ਐਂਕਰ ਇਹਦੇ ਉੱਤੇ ਗੱਲ ਪਿਆ ਕਰਦਾ ਹੋਵੇ ਕਿਸੇ ਨਹੀਂ ਭਾਈ ਕਰਨੀ ਪਿੱਛੋ ਪਿੱਛੋ ਜਿਹੜੀਆਂ ਨ ਡੋਰਾ ਉਹ ਬੜਿਆਂ ਤਖੜਿਆਂ ਹੱਥਾਂ ਵਿੱਚ ਨੇ ਉਹ ਥੇੜਾ ਗੱਲ ਕਰੇ ਸਾਈ ਰਾਤੋਂ ਪਹਿਲੋ ਚਾਹ ਛੱਡਦੇ ਨੇ ਪਾਸੇ ਤੇ ਕਰ ਛੱਡਦੇ ਨੇ ਤੇ ਕੀ ਯਾਰਾ ਗੱਲਾਂ ਕਿਹੜੀਆਂ ਕਰਨੀਆਂ ਨੇ ਅਸੀਂ ਅੱਗੇ ਕੋ ਮੋਏ ਪਿਆ ਕੁਰਾਨ ਦੀ ਖੰਦੀ ਕਰ ਤੂੰ ਸਾਂ ਮੋੜ ਰਤੀ ਕੱਢ ਛੜੀਏ ਜਿਹੜੀ ਮਜ਼ੀਦ ਰੰਦੀ ਉਹ ਵੀ ਕੱਟ ਛਡੋ ਮੂੜੋ ਹੀ ਕੋਈ ਇੱਕ ਅੱਦਾ ਜਿਹੜਾ ਜਿਹੜੇ ਤੁਸੀਂ ਇਹ ਹਥਿਆਰ ਬਣਾਇਆ ਨਾ ਦਿਫਾਈ ਸਾਡੇ ਵਾਸਤੇ ਜਿਹੜਾ ਮੁਲਕ ਸਾਡੇ ਦਾ ਭਿੜਿਆ ਜਿਹੜੇ ਤੁਸੀਂ ਉਹਨਾਂ ਤੇ ਮਾਰਨੇ ਨਾ ਅੱਲਾ ਦਾ ਵਾਸਤੇ ਉਹ ਸਾਡੇ ਤੇ ਮਾਰੋ ਕੋਈ ਇੱਕ ਵਾਰੀ ਤਰੀਖ ਤੇ ਰਕਮ ਹੋਵੇ ਕੋਈ ਹਿਸਤੀ ਤੇ ਤੁਹਾਡੀ ਲਿਖੀ ਹੋਵੇ ਨਾ ਸਾਡੇ ਧਰਤੀ ਮਾਂ ਦੇ ਤੁਸੀਂ ਸਪੂਤ ਯਾਰ ਕੀ ਤੁਸੀਂ ਮੌ ਨਹੀਂ ਵੇਚਣ ਲੱਗੇ ਹੋ ਕਿਹੜੀਆਂ ਗੱਲਾਂ ਬੰਦਾ ਕਿਹਦੇ ਨਾਲ ਕਰੇ ਕਿਹਦੇ ਨਾਲ ਸਿਰਕ ਪਾਵੇ ਤੂੰ ਦੱਸੋ ਬਾਲਾ ਦੀ ਕਿਸਮਤ ਨੀਆਂ ਜ਼ਮੀਨਾਂ ਪਈਆਂ ਨੇ ਇਤਨੀਆਂ ਜ਼ਮੀਨਾਂ ਪਈਆਂ ਨੇ ਨਾ ਕੋ ਵਾਹੀਆ ਸਾਰੀ ਮਗਰ ਪਈ ਇੰਜ ਆ ਸਾਰੀ ਇੰਜੇ ਪਈਏ ਵੇਖ ਲੋ ਦੂਰ ਦੂਰ ਤਾਈ ਇੱਥੇ ਬੰਦੇ ਕਿੱਲੇ ਦੇ ਦੂਹ ਕਿੱਲਿਆਂ ਦੇ ਤ੍ਰਿਉਂ ਦੇ ਚੌਂ ਦੇ ਮਾਲਕ ਨੇ ਕਿਸੇ ਬੰਦੇ ਜੇ ਤਾਈ ਭੋਏ ਵਿੱਚ ਹਲ ਨਹੀਂ ਜੁੱਤਾ ਮੁੰਜੀ ਐ ਨਾ ਕੀ ਲਾਣੀ ਅੱਗੋ ਬਾਕੀ ਤੁਸੀਂ ਆਪ ਸਿਆਣੇ ਹੋ ਮੇਰੀਆਂ ਗੱਲਾਂ ਕਰਨੇ ਦਾ ਕਿਹੜਾ ਮੇਰੇ ਕੋਲ ਜਿਹੜੀਆਂ ਹਨ ਮੈਂ ਤਾਂ ਕਰ ਛੜੀਆਂ ਐ ਬਾਕੀ ਅੱਲਾਹ ਸੋਹਣੇ ਦੇ ਵੱਲ ਐ ਮੇਰੇ ਅੱਖੇ ਨਾਲ ਜੇ ਕੋ ਰੇਟ ਘਟਦੇ ਤੇ ਮੈਂ ਕਰ ਲੈਣਾ ਬਾਕੀ ਨਿਕਲਣਾ ਘਰੋਂ ਹਾਂ ਜ ਤੂੰ ਸਾ ਕੋ ਨਹੀਂ ਨਾ ਕੋ ਮੈਂ ਨਿਕਲਣਾ ਨਾ ਐਸਾਂ ਨਿਕਲਣ ਦਿੰਦੇ ਨੇ ਸਾਡੇ ਤੋਂ ਚੌਧਰੀ ਹੈ ਨਹੀਂ ਤਖੜੇ ਅੱਲਾ ਸੁਣ ਦੇ ਵੱਲ